सत श्री अकाल दोस्तों, अज तुसी देख रहे हो पिंड खड़ियाण नेड़े खन्ना तो कबूतरबाजी मुकाबले मुलाकातों की लड़ी शुरू हो चुकी है। साढ़े नाल जो अज पहली मुलाकात ली हाजर ने भाई गुरदीप रब्बों जी, आओ उन्हां नाल गलबात करते हैं तो जानकारी लैंदे हैं उन्हां दी जिंदगी बारे, उन्होंने हुण तक के कैरियर बारे। सत श्री अकाल भाई जी। हाँ जी, सत श्री अकाल जी, सारे कबूतरबाज वीरां नूं सत श्री अकाल जी। की हाल चाल ने भाजी? वधिया वधिया जी, ठीक है जी सारे। अज पिंड खड़ियाण विच भाईचारे होर लै रहे हो आनंद पूरा जी? हाँ जी हाँ जी, पूरा आनंद लै रहे हैं। तो भाजी बहुत वधिया करवाउंदे आ वीर होणी जी। हाँ जी, बंटी वीर ते हैप्पी होर बाकी पिंड वाले वीर सारे वधिया प्रबंध हुंदा इहनां दा पूरा जी। गुरदीप रब्बो जी, भाई तुहाडा पूरा नाम की है जी? गुरदीप सिंह है जी। गुरदीप सिंह, हाँ जी। रब्बो भीरे अपना गोत है जां पिंड है भीरे? नहीं, पिंड है जी। ठीक है जी। हाँ जी, पिंड रब्बो नीची। ਇਹ ਕਿੱਥੇ ਕੁ ਪੈਂਦਾ ਵੀਰੇ ਪਿੰਡ? ਇਹ ਪੈ ਜਾਂਦਾ ਜੀ ਆਪਣਾ ਮਲੌਦ ਨੇੜੇ ਪੈ ਜਾਂਦਾ ਜੀ, ਰਾੜਾ ਸਾਹਿਬ ਦੇ ਨੇੜੇ ਪੈ ਜਾਂਦਾ ਜੀ। ਹਾਂਜੀ ਠੀਕ ਹੈ ਜੀ। ਰਾੜਾ ਸਾਹਿਬ ਤੋਂ ਕਿੰਨੀ ਕੁ ਦੂਰੀ? 7-8 ਕਿਲੋਮੀਟਰ ਤੇ ਪੈ ਜਾਂਦਾ ਜੀ। ਹਾਂਜੀ। ਤੇ ਬਾਈ ਜੀ ਦੇ ਜਨਮ ਦੀ ਗੱਲ ਕਰੀਏ, ਬਾਈ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਵੀਰੇ? ਪਿੰਡ ਰੱਬੋ ਨੀਚੀ ਜੀ। ਹਾਂਜੀ, 1981। ਹਾਂਜੀ ਠੀਕ ਹੈ। ਤੇ ਬਾਈ ਜੀ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਕਿੱਥੋਂ ਤੱਕ ਬਾਈ ਜੀ ਨੇ ਪੜ੍ਹੇ ਹੋਏ ਆ? ਮੈਂ ਵੀਰੇ ਪਲੱਸ 2 ਲਸੋਈ ਸਕੂਲ ਤੋਂ ਕੀਤੀ। ਹਾਂਜੀ। ਉਦੋਂ ਬਾਅਦ ਟ੍ਰੇਨਿੰਗ ਕੀਤੀ ਪੜ੍ਹਨ ਦੀ? ਨਹੀਂ ਜੀ, ਉਸ ਤੋਂ ਬਾਅਦ ਬਸ ਘਰ ਦੇ ਕੰਮ ਅਤੇ ਕਬੱਡੀ ਖੇਡਦੇ ਸੀ ਪਹਿਲਾਂ। ਠੀਕ ਹੈ ਜੀ। ਫਿਰ ਸੱਟ ਲੱਗ ਗਈ, ਕਬੱਡੀ ਖੇਡਣੀ ਸੱਟਤੀ ਸੀ ਅਤੇ ਫਿਰ ਘਰ ਦੇ ਕੰਮਾਂ ਦੇ ਵਿੱਚ। ਉਦੋਂ ਬਾਅਦ ਫਿਰ ਕਹਦੀ ਆਪਣਾ ਕਬੂਤਰਬਾਜ਼ੀ ਦਾ ਸ਼ੌਂਕ ਪੈ ਗਿਆ? ਕਬੂਤਰਬਾਜ਼ੀ ਦਾ ਸ਼ੌਂਕ ਤਾਂ ਜੀ ਛੋਟੇ ਛੋਟੇ ਹੁੰਦਿਆਂ ਨੂੰ ਬਹੁਤ ਕੁੱਟ ਖਾਧੀ ਆਈ ਜੀ ਘਰੇ ਨਮਾਰੀ ਦੇ ਵਿੱਚ। ਦਾਦਾ ਜੀ ਦੀ ਉਹਨਾਂ ਨੇ ਪੁੱਛਣਾ ਕਿਵੇਂ ਰੱਖੇ ਆ, ਕੀ ਆ ਤੁਹਾਡੇ ਕੋਲ? ਅਸੀਂ ਕਹਿੰਦੇ ਸੀ ਇਸ ਤਾਂ ਕਿਤਾਬਾਂ ਪਈਆਂ ਸਾਡੀਆਂ, ਕਾਪੀਆਂ ਪਈਆਂ ਅਤੇ ਆਪਣੇ 3 ਮਕਾਨ ਸੀ, ਉਹ ਨਮਾਰੀ ਦੇ ਵਿੱਚ ਸਾਡੇ ਰੱਖੇ ਹੁੰਦੇ ਸੀ ਛੋਟੇ ਛੋਟੇ ਹੁੰਦਿਆਂ ਦੇ। ਉਹਦੇ ਵਿੱਚ ਦਾਣਾ ਪਾਣੀ ਪਾ ਦੇਣਾ ਅਤੇ ਗੇਟ ਵੱਡਾ ਲਾ ਕੇ ਉੱਧਰੋਂ ਧਿਆਨ ਰੱਖਣਾ ਵੀ ਆਉਂਦੇ ਤਾਂ ਨਹੀਂ ਇੱਧਰ। ਜਦੋਂ ਘਰ ਪਤਾ ਲੱਗਿਆ ਤਾਂ ਸਾਨੂੰ ਕੁੱਟਦੇ ਬਹੁਤ ਸੀ। ਹਾਂਜੀ, ਇੱਕ ਵਾਰੀ ਅਸੀਂ 2-3 ਬਾਜੀਆਂ ਛੱਡੀਆਂ, ਜਿੱਦਾਂ 20-20 ਰੁਪਏ ਇਕੱਠੇ ਕਰਕੇ। ਪਹਿਲਾਂ ਜੱਲੇਬਾਜੀ ਛੱਡੀ ਸੀ 350 ਨੂੰ ਜੀ। ਹਾਂਜੀ, ਫਿਰ ਭਾਡੇ ਵਾਲ ਛੱਡੀ ਸੀ। ਹਾਂਜੀ, ਯਾਨੀ ਕਿ ਜਦੋਂ ਛੋਟੇ ਹੁੰਦੇ ਸੀ ਤੁਹਾਨੂੰ ਬਚਪਨ ਸ਼ੌਂਕ, ਬਚਪਨ ਤੋਂ ਕਦੋਂ ਕਦੋਂ ਤੁਹਾਨੂੰ ਲੱਗਦਾ ਵੀ ਤੁਹਾਨੂੰ ਸ਼ੌਂਕ ਪੈ ਚੁੱਕਿਆ ਸੀ ਬਚਪਨ 'ਚ? ਸ਼ੌਂਕ ਤਾਂ ਜੀ ਉਦੋਂ ਮੈਂ 9-10 ਕੁ ਸਾਲ ਦਾ ਸੀ, ਜਿੱਦਾਂ ਸ਼ੌਂਕ ਪਿਆ ਜੀ ਰੱਖੇ ਜਿੱਦੇ ਹੀ ਆਈ ਅਸੀਂ ਬਸ ਰੱਖ ਲੈਂਦੇ ਸੀ ਚੋਰੀ ਘਰਦਿਆਂ ਤੋਂ, ਕਦੇ ਕਿਸੇ ਦੇ ਘਰੇ ਰੱਖ ਲਏ ਕਦੇ ਕਿਸੇ ਦੇ ਰੱਖ ਲਏ। ਹਾਂਜੀ, ਪਰਿਵਾਰ ਦੇ ਵਿੱਚ ਕਿਸੇ ਨੂੰ ਸ਼ੌਂਕ ਨਹੀਂ ਸੀ ਪਹਿਲਾਂ? ਹੈ ਨਾ, ਪਰਿਵਾਰ ਦੇ ਵਿੱਚ ਕਿਸੇ ਨੂੰ ਸ਼ੌਂਕ ਨਹੀਂ ਸੀ। ਹਾਂਜੀ, ਉਸ ਤੋਂ ਬਾਅਦ ਜਿੱਦੇ ਰੱਖਿਆ ਜੀ ਅਸੀਂ ਆਪਣੇ ਜਦੋਂ ਲੱਗ ਸੀ ਰੱਖ ਲਏ ਕਬੂਤਰ ਰੱਖ ਲਏ, ਘਰੇ ਬਹੁਤ ਛਿੱਤਰ ਪੈਂਦੇ ਸੀ ਕਿਉਂ ਤੁਸੀਂ ਇਹਨਾਂ ਦੇ ਪਿੱਛੇ ਫਿਰਦੇ ਹੋ, ਕਿਉਂ ਰੱਖੇ ਆ। ਅਤੇ ਉਸ ਤੋਂ ਬਾਅਦ ਬਾਜੀਆਂ ਬੂਜੀਆਂ ਛੱਡਣ ਲੱਗ ਗਏ, ਫਿਰ ਬਾਈ ਉਹਨਾਂ ਕੋਲ ਚਲੇ ਗਏ ਜੀ ਆਪਾਂ ਜਾਣਦੀ ਸੋਨੀ ਵੀਰ ਅਤੇ ਬਾਈ ਗੁਲਜ਼ਾਰ ਬਾਈ ਜੀ। ਹਾਂਜੀ, ਉਹਨਾਂ ਹੀ ਸਦਕਾ ਆਪਾਂ ਇੱਥੇ ਆ ਜੀ। ਹਾਂਜੀ, ਬਾਈ ਉਹਨਾਂ ਦਾ ਬਹੁਤ ਧੰਨਵਾਦ ਜੀ। ਠੀਕ ਹੈ ਜੀ। ਇੱਦਾਂ ਦਾ ਵਾਕਿਆ ਮੈਂ ਸਾਡੇ ਨਾਲ ਸਾਂਝਾ ਕਰੂ, ਜਿੱਦਣ ਬਾਈ ਨੂੰ ਲੱਗਿਆ ਹੋਵੇ, ਗੁਰਦੀਪ ਬਾਈ ਨੂੰ ਲੱਗਿਆ ਹੋਵੇ ਵੀ ਯਾਰ ਅੱਜ ਕਬੂਤਰ ਤੋਂ ਅੱਜ ਬਾਅਦ ਨਹੀਂ ਰੱਖਣੇ ਆਪਾਂ ਨੇ ਸ਼ੌਂਕ ਨੂੰ, ਪਰ ਕੋਈ ਇੱਦਾਂ ਦਿਨ ਕਦੇ ਆਇਆ ਸੀਗਾ ਆਪਣੇ ਨਾਲ ਕਦੇ ਵੀ ਜਾਂ ਕੋਈ ਉਹਨੇ ਚੋਰੀ ਛੋਪੇ ਚੱਲਦਾ ਰਿਹਾ ਕੰਮ ਥੋੜ੍ਹਾ ਬਹੁਤ ਆਪਣਾ ਫਿਰ ਵੱਧਦਾ ਰਿਹਾ, ਕੋਈ ਇੱਦਾਂ ਦਾ ਕਦੇ ਲੱਗਦਾ ਵੀ ਯਾਰ ਅੱਜ ਛੱਡਣਾ ਪਊਗਾ ਸ਼ੌਂਕ ਨੂੰ ਜਾਂ ਘਰਦਿਆਂ ਵੱਲੋਂ ਇੱਦਾਂ ਦਾ ਕਦੇ ਹੋਇਆ ਹੋਵੇ? ਘਰਦਿਆਂ ਨਾਲ ਹੀ ਚੱਕਰੇ ਸੀ, ਹੁਣ ਰੱਖੇ ਤਾਂ ਹੋਏ ਸੀ ਆਪਣੇ ਪਰ ਘਰੇ ਸਿੱਤਰ ਬਹੁਤ ਪੈਂਦੇ ਸੀ, ਪਰ ਇਹ ਹੁੰਦਾ ਸੀ ਵੀ ਛੱਡਣੇ ਨਹੀਂ ਹੈਗੇ ਬਿਕੋਜ਼ ਕਹਿਣ ਕੁੱਟਣ ਮਾਰਨੇ ਜੀ, ਪਰ ਕਬੂਤਰ ਨਹੀਂ ਛੱਡਣੇ ਹੈਗੇ ਜੀ। ਕੰਮ ਵੀ ਸਾਰਾ ਕਰਨਾ ਅਤੇ ਸਵੇਰੇ ਉੱਠ ਕੇ ਹੁਣ ਸਾਰਾ ਖੇਤੀ ਦਾ ਕੰਮ ਕਰਦੇ ਸੀ, ਸਵੇਰੇ 3 ਵਜੇ ਖੱਤੇ ਚਲੇ ਜਾਂਦੇ ਸੀ। ਪਰ ਇਹ ਕਹਿੰਦੇ ਸੀ ਜਿੱਥੇ ਅਸੀਂ ਮੋਟਰ ਸੀ, ਮੋਟਰ 'ਤੇ ਵੀ ਅਸੀਂ ਖੁੱਡੇ ਪਾ ਕੇ ਉੱਥੇ ਰੱਖਣੇ, ਉੱਥੇ ਹੀ ਕੰਮ ਕਰਨਾ। ਹਾਂਜੀ, ਮੋਟਰ 'ਤੇ ਵੀ ਬਹੁਤ ਟਾਈਮ ਕਬੂਤਰ ਰੱਖਿਆ ਜੀ ਅਸੀਂ, ਪਰ ਕਹਿੰਦੇ ਸੀ ਕੰਮ ਕਰਾਂਗੇ ਕਬੂਤਰ ਰੱਖਾਂਗੇ। ਪਰ ਹਾਂਜੀ, ਕੰਮ ਚਾਹੇ ਤਾਂ ਸਾਰਾ ਦਿਨ ਕਰਾ ਲਓ ਰਾਤ ਕਰਾ ਲਓ, ਪਰ ਕਬੂਤਰ ਨਹੀਂ ਛੱਡਣੇ ਜੀ ਅਸੀਂ। ਬਾਈ ਜੀ, ਕੋਈ ਆਪਾਂ ਜਦੋਂ ਤੁਸੀਂ ਕਬੂਤਰਬਾਜ਼ੀ ਸ਼ੌਂਕ ਦੇ ਵਿੱਚ ਪੈਰ ਰੱਖਿਆ ਅਤੇ ਆਪਾਂ ਨੂੰ ਇੱਦਾਂ ਯਾਦ, ਤੁਸੀਂ ਪਹਿਲੀ ਬਾਜੀ ਕਿੱਥੇ ਛੱਡੀ ਸੀਗੀ ਅਤੇ ਆਪਣਾ ਕਿੰਨੇ ਕੁ ਵਜੇ ਕਬੂਤਰ ਬੈਠ ਗਿਆ ਸੀ ਜਾਂ ਜਿੱਤਿਆ ਸੀ ਜਾਂ ਹਾਰਿਆ ਸੀ, ਕਿਉਂ ਕੁਛ ਯਾਦ ਹੈ ਆਪਾਂ ਨੂੰ? ਪਹਿਲੀ ਵਾਰੀ ਆਪਾਂ ਛੱਡਿਆ ਬਾਜੀਆਂ ਤਾਂ ਜੀ ਬਹੁਤ ਛੱਡੀਆਂ ਨੇ। ਪਹਿਲੀ ਵਾਰੀ ਜਦੋਂ ਆਪਾਂ ਨੇ ਤੁਸੀਂ ਕਬੂਤਰਬਾਜ਼ੀ ਲਾਈਨ ਦੇ ਵਿੱਚ ਆਏ, ਜਦੋਂ ਕਬੂਤਰ ਲਾਈਨ ਦੇ ਵਿੱਚ ਤੁਸੀਂ ਆਏ ਜਦੋਂ, ਅਤੇ ਤੁਹਾਨੂੰ ਪਹਿਲੇ ਤੌਰ 'ਤੇ ਤੁਸੀਂ ਬਾਜੀ ਛੱਡੀ ਜਿਵੇਂ ਆਪਾਂ ਕਹਿ ਦਈਏ ਪ੍ਰੋਫੈਸ਼ਨਲ ਤੌਰ 'ਤੇ ਕਿਸੇ ਹੋਰ ਪਿੰਡ ਜਾ ਕੇ ਬਾਜੀ ਛੱਡੀ, ਜਿਵੇਂ ਘਰ ਆਪਾਂ ਕਬੂਤਰ ਛੱਡਦੇ ਸੀ ਪਿੰਡ 'ਚ ਛੱਡਦੇ ਸੀਗੇ, ਪਰ ਉਹ ਨਹੀਂ, ਪਰ ਜਿਵੇਂ ਕਿਸੇ ਪਿੰਡ ਦੇ ਕੰਪੀਟੀਸ਼ਨ ਜਾ ਕੇ ਲੜਿਆ ਆਪਾਂ, ਮੁਕਾਬਲਾ ਲੜਿਆ ਜਦੋਂ? ਹਾਂਜੀ, ਕੰਪੀਟੀਸ਼ਨ ਆਪਾਂ ਨੇ ਪਹਿਲਾਂ ਬਾਜੀਆਂ ਛੱਡੀਆਂ ਜੀ, ਜਿਵੇਂ ਹੁਣ
ਵਧੀਆ ਟੌਪ ਦੀਆਂ ਬਾਜ਼ੀਆਂ ਛੱਡੀਆਂ ਆਪਾਂ ਨੇ, ਭੁਰਥਲੇ ਬਾਜ਼ੀ ਛੱਡੀ ਆਪਾਂ ਨੇ ਵਧੀਆ ਪਹਿਲਾਂ, ਉੱਥੋਂ ਬਾਜ਼ੀ ਜਿੱਤੇ ਜੀ ਆਪਾਂ ਨਿਯੰਪਰ ਛੱਡੀ। ਹਾਂਜੀ ਬਾਜ਼ੀਆਂ ਤਾਂ ਜੀ ਪਹਿਲਾਂ ਬਹੁਤ ਛੱਡੀਆਂ ਪਰ ਵਧੀਆ ਬਾਜ਼ੀਆਂ ਛੱਡੀਆਂ ਆਪਾਂ, ਰੱਬ ਦੀ ਕਿਰਪਾ ਨਾਲ ਜੀ ਬਾਜ਼ੀ ਉਹਨਾਂ ਦੀ ਮਿਹਰ ਆ, ਵਧੀਆ ਬਾਜ਼ੀਆਂ ਜਿੱਤਾਂ। ਪਿੱਛੇ ਵੀ ਹੁਣ 18 'ਚ ਵੀ ਆਪਾਂ ਘੱਟੋ ਘੱਟ ਹੀ 2 ਮੋਟਰਸਾਈਕਲ ਆਪਣੇ ਸਾਂਝੇ ਹੋ ਗਏ ਅਤੇ 3 ਮੋਟਰਸਾਈਕਲ ਜਿੱਤੇ ਜੀ ਆਪਾਂ। ਭੁਮੱਦੀ ਵੀ ਬਹੁਤ ਚੰਗੇ ਉੱਡੇ ਕਬੂਤਰ ਜੀ, ਬਈਏ ਵਾਲ ਵੀ, ਬਰਮਪੁਰ ਵੀ, ਵਧੀਆ ਬਾਜ਼ੀਆਂ ਚੰਗੇ ਉੱਡੇ ਜੀ। ਬਾਕੀ ਹੁਣ ਸਾਰੇ ਵੀਰਾਂ ਨੂੰ ਪਤਾ ਜੀ, ਆਪਾਂ ਦੱਸਣ ਨਾਲ ਹੀ ਇਹ ਨਹੀਂ ਕਹਿੰਦੇ ਵੀ ਠੀਕ ਆ ਆਪਣੇ ਉੱਡੇ ਆ, ਬਾਕੀ ਵੀਰਾਂ ਨੂੰ ਪਤਾ ਜੀ ਜਿਹਦੇ ਉੱਡਦੇ ਆ ਉਹਨਾਂ ਨੂੰ ਪਤਾ ਹੀ ਹੁੰਦਾ ਜੀ। ਬਾਈ ਜੀ ਕਬੂਤਰਬਾਜ਼ੀ ਦੇ ਵਿੱਚ ਉਸਤਾਦ ਕਿਹਨਾਂ ਨੂੰ ਮੰਨਦੇ ਹੋ? ਬਾਈ ਗੁਲਜ਼ਾਰ ਸਦਮਾ ਜੀ। ਹਾਂਜੀ ਹਾਂਜੀ ਆਪਣੇ ਉਸਤਾਦ ਬਾਈ ਗੁਲਜ਼ਾਰ ਸਦਮਾ ਜੀ। ਬਸ ਕਰਦੇ ਜੀ, ਬਹੁਤ ਕਰਦੇ ਜੀ, ਪਰ ਅਸੀਂ ਵੀ ਕਦੇ ਇਹ ਨਹੀਂ ਸੋਚਿਆ, ਪਰਿਵਾਰ ਆ ਜੀ ਆਪਣਾ। ਹਾਂਜੀ ਬਾਕੀ ਮੋਰ ਬਾਈ ਆ, ਉਹ ਵੀ ਆ ਸੈਲੋ ਸੈਲ, ਹੁਣ ਜਾਂ ਬਾਈ ਕੋਲ ਜਾਂ ਆਪਣੇ ਕੋਲ ਇਕੱਠੇ ਹੀ ਰਹਿੰਦੇ ਸੀ। ਹਾਂਜੀ ਅਤੇ ਬਾਈ ਜੀ ਆਪਾਂ ਕਬੂਤਰਾਂ ਦੀ ਗੱਲ ਕਰੀਏ ਤਾਂ ਹੁਣ ਇਸ ਵਕਤ ਤੁਹਾਡੇ ਕੋਲ ਕਿੰਨੇ ਕਬੂਤਰ ਘਰ ਰੱਖੇ ਹੋਏ ਜੀ? ਕਬੂਤਰ ਜੀ ਆਪਣੇ ਕੋਲ ਵੱਡੇ ਕਬੂਤਰ ਹੈਗੇ ਜੀ 100 ਕੁ ਹੈਗਾ ਜੀ, 50 ਕੁ ਕਬੂਤਰ ਹੈਗੀਆਂ ਹੈਗੇ ਜੀ, 50 ਕੁ ਮਦੀਨਾ ਹੈਗੇ ਜੀ। ਹਾਂਜੀ ਅਤੇ ਕਿਹੜੇ ਕਿਹੜੇ ਕਿਸਮਾਂ ਦੇ ਕਬੂਤਰ ਆਪਣੇ ਕੋਲ ਕਬੂਤਰ ਨੇ? ਆਪਣੇ ਕੋਲ ਬਾਈ ਵਾਲੇ ਜੀ ਸਾਰੇ, ਗੁਲਜ਼ਾਰ ਬਾਈ ਵਾਲੇ ਜੀ। ਹਾਂਜੀ ਹਾਂਜੀ ਬਾਈ ਜਿਵੇਂ ਬਾਈ ਆਪਾਂ ਇਨਾਮਾਂ ਦੀ ਗੱਲ ਕਰੀਏ ਤਾਂ ਜਿਵੇਂ ਇਨਾਮਾਂ ਦੇ ਵਿੱਚ ਤੁਸੀਂ ਹੁਣ ਤੋਂ ਤਕਰੀਬਨ 20-25 ਹਜ਼ਾਰ ਰੁਪਏ ਤੋਂ ਕਬੂਤਰ ਬਾਈ ਛੱਡਦੇ ਹੋ। ਹਾਂਜੀ ਛੱਡਦੇ ਇੰਨਾ ਟਾਈਮ ਤੋਂ? ਹਾਂਜੀ ਹਾਂਜੀ ਅਤੇ ਉਦੋਂ ਦੇ ਇਨਾਮਾਂ ਦੇ ਵਿੱਚ ਅਤੇ ਹੁਣ ਦੇ ਇਨਾਮਾਂ ਦੇ ਵਿੱਚ ਫਰਕ ਤਾਂ ਬਹੁਤ ਜ਼ਿਆਦਾ ਆ ਬਈ। ਹੁਣ ਬਾਜ਼ੀਆਂ ਹੁੰਦੀਆਂ ਤਾਂ ਬਹੁਤ ਵੱਡੀਆਂ ਬਾਜ਼ੀਆਂ ਹੁੰਦੀਆਂ ਅਤੇ ਵਧੀਆ ਬਾਜ਼ੀਆਂ ਹੁੰਦੀਆਂ ਨੇ ਜੀ, ਇਨਾਮ ਵੀ ਵਧੀਆ, ਪ੍ਰਬੰਧ ਵਧੀਆ, ਸਾਰੇ ਜਿੰਨੇ ਵੀਰ ਬਾਜ਼ੀਆਂ ਕਰਵਾਉਂਦੇ ਆ ਸਾਰੇ ਵਧੀਆ ਬਾਜ਼ੀਆਂ ਕਰਵਾਉਂਦੇ ਆ ਅਤੇ ਇੱਦਾਂ ਹੀ ਕਰਵਾਉਂਦੇ ਰਹਿਣ। ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੱਥ ਬੰਨ ਕੇ ਵੀ ਕਿਤੇ ਵੀ ਬਾਜ਼ੀ 'ਤੇ ਜਾਂਦੇ ਹੋ, ਕੋਈ ਕਬੂਤਰਬਾਜ਼ ਵੀਰ ਆਪਣਾ ਕੋਈ ਵੀ ਸ਼ਰਾਰਤ ਨਾ ਕਰੇ ਕਿਸੇ ਵੀ ਤਰ੍ਹਾਂ ਦੇ, ਵੀ ਆਪਣੇ ਦੇ ਕਬੂਤਰਾਂ ਵਾਲਿਆਂ 'ਤੇ ਕੋਈ ਵੀ ਇਲਜ਼ਾਮ ਲੱਗਦਾ ਨਾ, ਉਹ ਇੱਕ ਬੰਦਾ ਕਰਨ ਵਾਲਾ ਹੁੰਦਾ ਅਤੇ ਸਾਰੇ ਵੀਰਾਂ ਨੂੰ ਇਹ ਹੁੰਦਾ ਯਾਰ ਕਬੂਤਰਾਂ ਵਾਲੇ ਮਾੜੇ ਆ, ਠੀਕ ਹੈ ਜੀ। ਬਾਕੀ ਜਿੰਨੇ ਬਾਜ਼ੀਆਂ 'ਤੇ ਜਾਂਦੇ ਹੋ ਆਪਦੇ ਗੱਡੀਆਂ ਮੋਟਰਸਾਈਕਲ ਸਾਰੇ ਸੇਫਟੀ ਵਾਲੀ ਜਗ੍ਹਾ 'ਤੇ ਖੜਾਓ, ਕੋਈ ਇਹ ਨਾ ਹੋਵੇ ਬੰਦਾ ਆ ਕੇ ਪਿੰਡ ਵਾਲਾ ਕਹੇ ਯਾਰ ਤੁਸੀਂ ਰਸਤੇ 'ਚ ਖੜਾ ਜਾਂਦੇ ਹੋ, ਕੋਈ ਲੋਕ ਹਾਕਾਂ ਮਾਰਦੇ ਆ। ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਇਹ ਚੀਜ਼ਾਂ ਦਾ ਆਪ ਪਰਹੇਜ਼ ਰੱਖੋ, ਸੇਫਟੀ ਵਾਲੀ ਜਗ੍ਹਾ 'ਤੇ ਲਾਓ, ਕੋਈ ਆਪਾਂ ਨੂੰ ਕਹਿ ਨਾ ਸਕੇ ਵੀ ਕਬੂਤਰਾਂ ਵਾਲੇ ਮਾੜੇ ਆ, ਠੀਕ ਹੈ ਜੀ। ਬਾਕੀ ਸਾਰੇ ਵੀਰਾਂ ਨੂੰ ਇਹ ਵੀ ਮੇਰੀ ਬੇਨਤੀ ਆ, ਕੋਈ ਬੰਦਾ ਕਿਸੇ ਵੀ ਚੀਜ਼ ਵਾਲਾ ਤਾਂ ਆਪਣਾ ਕੋਈ ਜਾ ਕੇ ਤਾਂ ਪੜਦੇ ਨਾ ਆਪਣੇ ਕਰ ਸਕੋ, ਕਿਸੇ ਦੇ ਸਾਹਮਣੇ ਕੋਈ ਪਿੰਡ ਦੇ ਵਿੱਚ ਫਿਰਦੇ ਆ ਗਲੀਆਂ 'ਚ ਨਾ ਫਿਰੋ, ਇਨਸਾਫ ਦੀਆਂ ਬਾਜ਼ੀਆਂ ਹੁੰਦੀਆਂ ਨੇ, ਵਧੀਆ ਟੈਕ ਕੇ ਬਾਜ਼ੀਆਂ ਦੇਖੋ ਐਨ, ਠੀਕ ਹੈ ਜੀ। ਹਾਂਜੀ ਅਤੇ ਬਾਈ ਜੀ ਜਿਵੇਂ ਆਪਾਂ ਮੇਰਾ ਸਵਾਲ ਇਹ ਸੀ ਇੱਦਾਂ ਦਾ, ਮਤਲਬ ਜਦੋਂ ਤੁਸੀਂ ਕਬੂਤਰਾਂ ਛੱਡਣ ਲੱਗੇ ਸੀ ਉਦੋਂ ਕਦੇ ਤੁਸੀਂ ਇਹ ਸੋਚਿਆ ਸੀ ਕਿ ਕੋਈ ਇੱਕ ਟਾਈਮ ਇੱਦਾਂ ਦਊਗਾ ਵੀ ਇਨਾਮ ਦੇ ਵਿੱਚ ਮੋਟਰਸਾਈਕਲ ਗੱਡੀਆਂ ਜਾਂ ਟਰੈਕਟਰ ਦਿੱਤੇ ਜਾਣਗੇ, ਕਦੇ ਸੋਚਿਆ ਸੀ ਇਹ ਚੀਜ਼? ਨਹੀਂ ਜੀ, ਆਪਾਂ ਜੀ ਪਹਿਲਾਂ ਮੇਨ ਚੀਜ਼ ਘਰ ਦੇ ਕੰਮ ਕਰਦੇ ਸੀ, ਕਬੱਡੀ ਖੇਡਦੇ ਜੀ, ਸੱਟ ਲੱਗ ਗਈ ਸੀ ਆਪਾਂ ਛੱਡ ਗਏ ਸੀ, ਹਰਵਿੰਦਰ ਰੱਬੋਂ ਜੀ ਉਹਨਾਂ ਦੇ ਨਾਲ ਇਕੱਠੇ ਕਬੱਡੀ ਖੇਡਦੇ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਬਸ ਕੰਮਾਂ ਕਾਰਾਂ 'ਚ ਪੈ ਗਏ, ਕਬੂਤਰ ਰੱਖੇ ਹੋਏ ਸੀ ਆਪਣੇ, ਬਾਕੀ ਆਪਣਾ ਫਾਰਮ ਸੀ ਡੋਗ ਫਾਰਮ ਜੀ, ਠੀਕ ਹੈ ਜੀ। ਆਪਣੇ ਵਧੀਆ ਸ਼ੌਂਕ ਰੱਖਦੇ ਹੋ? ਹਾਂਜੀ ਹੁਣ ਵੀ ਸ਼ੌਂਕ ਰੱਖਦੇ ਆਪਾਂ ਵਧੀਆ, ਜਿੰਨੇ ਜਾਣਦੀ ਆਪਣੇ ਪੰਜਾਬ ਦੇ ਵਿੱਚ ਮੰਤਰੀ MLA ਸਾਰਿਆਂ ਨੂੰ, ਆਪਣੇ ਉੱਤਰਾਂਚਲ ਤੀਕਰ ਸਲਮਾਨ ਖਾਨ ਨੂੰ ਵੀ ਆਪਣੇ ਦਿੱਤੇ ਹੋਏ ਡੋਗੀ। ਹਾਂਜੀ ਅਤੇ ਭਾਈ ਜੀ ਇਹ ਸ਼ੌਂਕ ਨੂੰ ਆਪਾਂ ਜਿਹੜਾ ਕਬੂਤਰਬਾਜ਼ੀ ਦਾ ਸ਼ੌਂਕ ਹੁਣ ਚੱਲ ਰਿਹਾ ਵਾ, ਜਿਵੇਂ ਉਹਨਾਂ 'ਚ ਨਵੇਂ ਮੁੰਡੇ ਹੋਰ ਆ ਰਹੇ ਆ, ਉਹਨਾਂ ਵੱਲੋਂ ਕੀ ਕੋਈ ਸੁਨੇਹਾ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ ਤੁਸੀਂ ਜ਼ਰੂਰ ਦੇ ਸਕਦੇ ਹੋ? ਹਾਂਜੀ ਵੀਰੇ, ਆਪਾਂ ਸਾਰੇ ਵੀਰਾਂ ਨੂੰ ਇਹੀ ਕਹਿੰਦੇ ਹਾਂ, ਜਿਹੜੇ ਨਵੇਂ ਬੰਦੇ ਆ ਨਵੇਂ ਮੁੰਡੇ ਆ ਨਾ ਜੀ, ਕਬੂਤਰਬਾਜ਼ੀ ਕਰੋ ਅਤੇ ਢੰਗ ਨਾਲ ਕਰੋ ਵੀਰ ਬਣ ਕੇ, ਸਾਰੇ ਵਧੀਆ ਇਨਸਾਫ ਦੀ ਗੇਮ ਖੇਡੋ, ਜਿਹਦਾ ਜਿੱਤਦਾ ਚਾਹੇ ਕੋਈ ਜਵਾਕ ਨੇ ਕਬੂਤਰ ਛੱਡਦਾ ਉਹਦਾ ਜਿੱਤਣ ਦਿਉ, ਉਹਨੂੰ ਪੈਸੇ ਮਿਲਣ ਦਿਉ, ਕਦੇ ਵੀ ਕਿਸੇ ਨਾ ਕੋਈ ਧੱਕਾ ਨਾ ਕਰੋ, ਕਬੂਤਰ ਬਹਿੰਦਾ ਆਪ ਕਟਾਓ, ਠੀਕ ਹੈ ਜੀ। ਇਨਸਾਫ ਦੀਆਂ ਬਾਜ਼ੀਆਂ ਕਰਾਓ, ਇਨਸਾਫ ਦੀ ਬਾਜ਼ੀ ਗੇਮ ਖੇਡੋ ਜੀ ਬਸ। ਪਲੇਅਰ ਦੇ ਬਾਰੇ ਥੋੜ੍ਹੀ ਸਹਿਣਸ਼ੀਲਤਾ ਜ਼ਰੂਰੀ ਆ ਬਈ, ਪਤਾ ਕੀ ਆ, ਕੋਈ ਬੰਦਾ ਕਹਿੰਦਾ ਕੋਈ ਬੋਲਦਾ ਕਾਪੀ ਵਾਲਾ ਕੋਈ ਜਾਂ ਕੋਈ ਬੰਦਾ ਨਾ, ਹਰ ਇੱਕ ਬੰਦੇ ਨੂੰ ਐਨ ਸਹਿਣਸ਼ੀਲਤਾ ਨਾਲ ਗੱਲ ਕਰੋ। ਜੇ ਆਪਾਂ ਅੱਜ ਕੱਲ੍ਹ ਟਾਈਮ ਇਹੋ ਜਿਹਾ ਜੀ, ਵੀਰ ਕਹਾਂਗੇ ਵੀਰ ਕਹੋ ਜੀ, ਠੀਕ ਹੈ ਜੀ। ਕੋਈ ਬੰਦਾ ਵਧੀਆ ਢੰਗ ਨਾਲ ਗੱਲ ਕਰੋ, ਮੂਹਰੋਂ ਕੋਈ ਕੁਛ ਨਹੀਂ ਬੋਲਦਾ ਜੀ, ਸਹੀ ਗੱਲ ਕਰੋ ਕਿਸੇ ਨਾਲ ਵੀ ਕਰਦੇ ਹਾਂ ਆਪਾਂ। ਹੁਣ ਵਿੱਚ ਲੋਕ ਹੁੰਦੇ ਆ ਕਬੂਤਰ ਬਹਿ ਗਿਆ ਜੀ, ਉਹ ਲੋਕ ਕਹਿੰਦੇ ਆ ਬਾਈ ਤੇਰਾ ਕਬੂਤਰ ਬਹਿ ਗਿਆ ਯਾਰ, ਕੌਣ ਕਹਿੰਦਾ ਕਿੱਥੇ ਬਹਿ ਗਿਆ ਸਾਨੂੰ ਲੈ ਕੇ ਚੱਲੋ। ਪਰ ਵੀਰੇ ਇਹੋ ਜਿਹੀਆਂ ਚੀਜ਼ਾਂ ਤੋਂ ਪਰਹੇਜ਼ ਰੱਖੋ, ਉਹ ਦੇਖੋ ਹੁਣ ਜਿਹੜੇ ਕਾਪੀ ਵਾਲੇ ਆ ਮੇਨ, ਉਹਨਾਂ 'ਤੇ ਇਨਸਾਫ ਕਰਨਾ ਵਿਸ਼ਵਾਸ ਰੱਖੋ ਬਸ, ਵੀ ਹਾਂ ਉਹ ਆਪਣੇ ਮੇਨ ਬੰਦੇ ਉਹ ਆ, ਮੇਨ ਸਰਪੰਚ ਆ, ਉਹਨੇ ਸਾਰਾ ਕੁਛ ਉਹਨਾਂ ਨੇ ਕਰਨਾ,
ਉਹ ਕਿਹੜਾ ਕਿਸੇ ਦਾ ਕੋਈ ਉਹ ਹੁੰਦਾ ਵੀ ਉਹ ਬੰਦਾ ਮੈਨੂੰ ਨਹੀਂ ਵਧੀਆ ਉਹਨੂੰ ਜਿਤਾਉਣਾ ਉਹਨੂੰ ਜਿਤਾਉਣਾ ਜੀ ਉਹਨਾਂ ਨੇ ਇਨਸਾਫ ਕਰਨਾ ਜੀ ਹਾਂਜੀ ਅਤੇ ਗੁਰਦੀਪ ਭਾਈ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੀਰੇ ਧੰਨਵਾਦ ਦੋਸਤੋ ਇਹ ਸਨ ਬਾਈ ਗੁਰਦੀਪ ਰੱਬੋ ਜੀ ਜਿਹਨਾਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਬੋਕਸ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੱਲ ਰਹੇ ਲਾਈਵ ਨੂੰ ਇਸੇ ਤਰ੍ਹਾਂ ਇੰਜੋਏ ਕਰਦੇ ਰਹੋ ਤੁਹਾਡਾ ਲਾਈਵ ਦੇਖਣ ਲਈ ਬਹੁਤ ਬਹੁਤ ਧੰਨਵਾਦ